ਮੇਰੇ ਲਈ ਤਾਂ ਨਾ ਸਮਾਂ ਖੜ ਗਿਆ ਉੱਥੇ ਜਦੋਂ ਸਰਦੂਲ ਜੀ ਗਏ ਸੀ। ਅੱਜ 3 ਸਾਲ ਹੋ ਗਏ। ਮੈਨੂੰ ਇੱਦਾਂ ਲੱਗਦਾ ਜਿਵੇਂ ਨਾ ਵੀ ਮੇਰੀ ਰੂਹ ਸੀਗੀ ਅਤੇ ਅੱਧੀ ਰੂਹ ਇਸ ਸਰੀਰ 'ਚ ਪਾਤੀ ਰੱਬ ਨੇ, ਅੱਧੀ ਰੂਹ ਸਰਦੂਲ ਜੀ ਦਾ ਇੱਕ ਕਲਬੂਤ ਬਣਾ ਕੇ ਉਹਦੇ ਵਿੱਚ ਪਾਤੀ। ਉਹਨਾਂ ਦੀ ਰੂਹ ਮੇਰੇ ਨਾਲ ਆ, ਸ਼ਕਤੀ ਆ ਮੇਰੇ ਨਾਲ। ਬਾਕੀ ਤਾਂ ਕਹਿੰਦੇ ਨਾ ਬੰਦਾ ਕੁਛ ਵੀ ਨਹੀਂ ਕਰ ਸਕਦਾ, ਇੱਕ ਸਾਹ ਵੀ ਨਹੀਂ ਲੈ ਸਕਦਾ ਪਰਮਾਤਮਾ ਦੀ ਰਜ਼ਾ ਤੋਂ ਬਿਨਾਂ। ਬੰਦਾ ਸਿਕੰਦਰ ਨਹੀਂ ਹੁੰਦਾ, ਵਕਤ ਸਿਕੰਦਰ ਹੁੰਦਾ। ਇਹ ਖੁਦ ਹੈ ਨਾ ਇਹਨਾਂ ਨੇ ਕਿਹਾ ਹੈ, ਜਨਾਬ ਸਰਦੂਲ ਸਿਕੰਦਰ ਜੀ ਨੇ। ਬਿਲਕੁਲ, ਸਰਦੂਲ ਜੀ ਦੇ ਨਾਲ ਮੈਂ 40 ਸਾਲ ਗੁਜ਼ਾਰੇ ਨੇ ਅਤੇ ਉਹਨਾਂ ਦੇ ਕੋਲ ਸਾਰਾ ਕੁਛ ਮੈਨੂੰ ਮਿਲਿਆ। ਉਹਨਾਂ ਦੀ ਜਿਹੜੀ ਇੰਸਪੀਰੇਸ਼ਨ ਆ ਮੇਰੇ ਨਾਲ ਨਾਲ ਆ। ਮੈਂ ਜਦੋਂ ਜੋ ਵੀ ਕਰਦੀ ਹਾਂ ਮੈਨੂੰ ਇੱਦਾਂ ਹੁੰਦਾ ਇਹ ਸਰਦੂਲ ਨੂੰ ਕਿੱਦਾਂ ਲੱਗੂ, ਸਰਦੂਲ ਇੱਦਾਂ ਕਰਦੇ ਹੁੰਦੇ ਸੀਗੇ, ਮੈਂ ਇਹਨੂੰ ਇੱਦਾਂ ਹੀ ਕਰਾਂ। ਮੈਂ ਸੋਚ ਰਹੀ ਹਾਂ ਕਿ ਇਹ ਕੁਰਸੀ ਆ, ਇਸ ਕੁਰਸੀ 'ਤੇ ਉਹ ਬਹਿੰਦੇ ਹੋਣਗੇ, ਇੱਥੇ ਉਹ ਖੜ੍ਹਦੇ ਹੋਣਗੇ, ਉਹ ਬੂਟੇ ਲਾਗੇ ਖੜ੍ਹਦੇ ਹੋਣਗੇ, ਉਹ ਦਰਖਤ ਕੋਲ ਖੜਾਉਂਦੇ ਹੋਣਗੇ। ਤੁਸੀਂ ਤਾਂ ਸਾਰਾ ਦਿਨ ਇਸ ਅਹਿਸਾਸ ਦੇ ਵਿੱਚ ਵਿਚਰਦੇ ਹੋ। ਬਿਲਕੁਲ, ਮੈਂ ਤਾਂ ਹਰ ਪਲ ਉਸੇ ਅਹਿਸਾਸ 'ਚ ਹਾਂ। ਗੁਰਦਾਸ ਭਾਅ ਜੀ ਦੀ ਇੱਕ ਲਾਈਨ ਆ ਨਾ, ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ। ਬਸ ਉਹ ਹੱਸਣ ਦੀ ਆਦਤ ਪਾ ਲਈ ਆ। ਦੁੱਖ ਨਹੀਂ ਹੈਗਾ, ਵਿਰਾਗ ਆ, ਦੁੱਖ ਨਹੀਂ ਹੈਗਾ। ਬਾਕੀ ਤਾਂ ਠੀਕ ਹੈ, ਅੰਦਰ ਦਰਦ ਹੁੰਦਾ ਨਾ, ਇੱਕ ਵਿਛੋੜੇ ਦਾ ਦਰਦ ਜਿਹੜਾ ਹੁੰਦਾ ਉਹ ਹੈਗਾ, ਦੁਖੀ ਨਹੀਂ ਹੈ। ਕਿਉਂਕਿ ਇੰਨੀਆਂ ਰੂਹਾਂ ਸੱਚੀਆਂ ਸੁੱਚੀਆਂ ਇੱਥੇ ਬੈਠੀਆਂ ਨੇ, ਜਿਹੜੀਆਂ ਬਖਸ਼ੀਆਂ ਹੋਈਆਂ ਰੱਬੀ ਰੂਹਾਂ ਪਰਮਾਤਮਾ ਦੀਆਂ, ਉਹ ਮੈਨੂੰ ਬਹੁਤ ਹੌਸਲਾ ਦਿੰਦੀਆਂ ਨੇ, ਪਿਆਰ ਕਰਦੀਆਂ ਨੇ। ਤੁਹਾਡੇ ਵਰਗੀਆਂ ਮੇਰੀਆਂ ਧੀਆਂ ਨੇ ਜਿਹੜੀਆਂ, ਉਹ ਮੈਨੂੰ ਹਮੇਸ਼ਾ ਹੌਸਲਾ ਦਿੰਦੀਆਂ ਨੇ। ਸਤਿ ਸ਼੍ਰੀ ਅਕਾਲ ਹੈ ਸਾਰਿਆਂ ਨੂੰ। ਕੋਈ ਵੀ ਬੰਦਾ ਸਰਦੂਲ ਨਹੀਂ ਹੁੰਦਾ, ਹਾਂ ਵਕਤ ਜ਼ਰੂਰ ਸਰਦੂਲ ਹੁੰਦਾ। ਇੱਕ ਇਹ ਹੈ, ਖੁਦ ਉਸਤਾਦ ਜਨਾਬ ਸਰਦੂਲ ਸਿਕੰਦਰ ਜੀ ਨੇ, ਬਿਲਕੁਲ 3 ਸਾਲ ਹੋ ਚੁੱਕੇ ਨੇ ਅਤੇ ਹੁਣ ਉਹਨਾਂ ਦੀ 3ਰੀ ਸਾਲਾਨਾ ਬਰਸੀ ਹੈ। ਵਾਕਈ ਵਕਤ ਦਾ ਪਤਾ ਹੀ ਨਹੀਂ ਲੱਗਦਾ, ਔਰ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਾਡੇ ਬਹੁਤ ਕਰੀਬੀ ਹੁੰਦੇ ਨੇ ਉਹ ਦੁਨੀਆ ਤੋਂ ਸਰੀਰਕ ਰੂਪ 'ਤੇ ਰੁਖਸਤ ਹੋ ਜਾਂਦੇ ਨੇ। ਸੋ ਅੱਜ ਅਸੀਂ ਉਹਨਾਂ ਦੀ 3ਰੀ ਸਾਲਾਨਾ ਬਰਸੀ ਦੌਰਾਨ ਹੀ ਉਹਨਾਂ ਦੇ ਘਰ ਆਏ ਹਾਂ, ਜਿੱਥੇ ਅਖੰਡ ਪਾਠ ਰਖਵਾਇਆ ਗਿਆ ਸੀਗਾ, ਔਰ ਉਸਦਾ ਜਿਹੜਾ ਭੋਗ ਹੈ ਉਹ ਪੈ ਚੁੱਕਿਆ, ਔਰ ਹੁਣ ਕੀਰਤਨ ਬਹੁਤ ਜਲਦ ਸ਼ੁਰੂ ਹੋਣ ਵਾਲਾ ਹੈ। ਲੇਕਿਨ ਵਾਕਈ ਜਦੋਂ ਅੰਦਰ ਆਓ ਤਾਂ ਇੱਕ ਅਹਿਸਾਸ ਜਿਹਾ ਜ਼ਰੂਰ ਹੁੰਦਾ, ਪਰ ਉੱਥੇ ਦਿਲ ਦੇ ਵਿੱਚ ਇੱਕ ਉਦਾਸੀ ਛਾ ਜਾਂਦੀ ਹੈ। ਮਾਹੌਲ ਇਕੱਠ ਹੁਣ ਵੀ ਬਹੁਤ ਹੈ ਲੋਕਾਂ ਦਾ, ਇਕੱਠ ਉਦੋਂ ਵੀ ਬਹੁਤ ਹੁੰਦਾ ਸੀ ਜਦੋਂ ਉਹ ਖੁਦ ਹੁੰਦੇ ਸੀ, ਪਰ ਉਦੋਂ ਰੌਣਕਾਂ ਲੱਗਦੀਆਂ ਸੀ। ਅੱਜ ਅਤੇ ਅੱਜ ਸਾਰੇ ਉਹਨਾਂ ਦੀ ਐਬਸੈਂਸ ਦੇ ਵਿੱਚ ਆਏ ਨੇ, ਉਹ ਖੁਦ ਨਹੀਂ ਹੈ ਪਰ ਸਾਰੇ ਹੀ ਨੇ। ਸੋ ਕੀ ਮਾਹੌਲ ਹੈ, ਕੀ ਅਹਿਸਾਸ ਹੈ, ਇਹ ਅਸੀਂ ਉਹਨਾਂ ਤੋਂ ਵੀ ਜਾਣਾਂਗੇ ਜਿਨ੍ਹਾਂ ਦੀ ਜ਼ਿੰਦਗੀ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਔਖੀ ਹੋ ਚੁੱਕੀ ਹੈ। ਅਮਰ ਨੂਰੀ ਜੀ, 40 ਸਾਲਾਂ ਦਾ ਸਾਥ ਸੀ ਉਹਨਾਂ ਦੋਨਾਂ ਦਾ। ਸੋ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੂਰਾ ਇਹ ਪ੍ਰਬੰਧ ਕੀਤਾ, ਇਹ ਉਹਨਾਂ ਕੋਲੋਂ ਹੀ ਜਾਣਾਂਗੇ, ਕਿਉਂਕਿ ਉਹਨਾਂ ਨਾਲ ਗੱਲ ਹੋਈ ਸੀ ਅਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਹਰ ਸਾਲ ਸਰਦੂਲ ਸਿਕੰਦਰ ਜੀ ਵੀ ਆਪਣੇ ਇਸ ਘਰ ਦੇ ਵਿੱਚ ਇਹੋ ਜਿਹਾ ਪ੍ਰੋਗਰਾਮ ਜਿਹੜਾ ਆ ਪਾਠ ਰਖਵਾਉਂਦੇ ਹੁੰਦੇ ਸੀ, ਔਰ ਇਸੇ ਤਰੀਕੇ ਦੀ ਤਿਆਰੀ ਔਰ ਇਸੇ ਤਰੀਕੇ ਦੀ ਸਜਾਵਟ ਹੁੰਦੀ ਸੀ। ਸੋ ਉਹਨਾਂ ਨੇ ਠੀਕ ਉਸੇ ਤਰੀਕੇ ਦੀ ਹੀ ਸਜਾਵਟ ਕੀਤੀ ਆ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ, ਉਹਨਾਂ ਦੀ ਯਾਦ ਦੇ ਵਿੱਚ। ਸੋ ਅਮਰ ਨੂਰੀ ਜੀ ਸਾਡੇ ਨਾਲ ਨੇ, ਉਹਨਾਂ ਨਾਲ ਜ਼ਰੂਰ ਚਾਹਵਾਂਗੇ ਕਿ ਉਹ ਆਪਣੇ ਜੋ ਵੀ ਉਹਨਾਂ ਦੇ ਦਿਲ 'ਚ ਔਰ ਜ਼ਹਿਨ 'ਚ ਇਸ ਵਕਤ ਜਜ਼ਬਾਤ ਨੇ, ਅਹਿਸਾਸ ਨੇ ਸਾਡੇ ਨਾਲ ਸਾਂਝੇ ਕਰਨ। ਸੋ ਵਕਤ ਦਾ ਕਹਿੰਦੇ ਪਤਾ ਨਹੀਂ ਲੱਗਦਾ, ਪਰ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਤੁਹਾਨੂੰ ਇੱਕ ਇੱਕ ਪਲ ਇੱਕ ਇੱਕ ਦਿਨ ਦਾ ਜ਼ਰੂਰ ਪਤਾ ਲੱਗਿਆ ਹੋਏਗਾ। ਭਾਵੇਂ 3 ਸਾਲ ਹੋ ਗਿਆ, ਪਰ ਇਹ 3 ਸਾਲ ਤੁਹਾਡੇ ਲਈ ਮੈਨੂੰ ਲੱਗਦਾ 3 ਜਨਮਾਂ ਵਰਗੇ ਹੀ ਹੋਣਗੇ। ਮੇਰੇ ਲਈ ਤਾਂ ਨਾ ਸਮਾਂ ਖੜ ਗਿਆ ਉੱਥੇ ਜਦੋਂ ਸਰਦੂਲ ਜੀ ਗਏ ਸੀ। ਅੱਜ 3 ਸਾਲ ਹੋ ਗਏ ਸਰਦੂਲ ਜੀ ਨੂੰ ਸਰੀਰਕ ਰੂਪ 'ਚ ਗਿਆ ਨੂੰ, ਪਰ ਮੈਨੂੰ ਇੱਦਾਂ ਲੱਗਦਾ ਸਾਰਾ ਕੁਛ ਤਾਜ਼ਾ ਹੀ ਲੱਗਦਾ ਪਿਆ।
ਕਿਉਂਕਿ ਮੇਰੇ ਲਈ ਜਦੋਂ ਸਰਦੂਲ ਜੀ ਗਏ ਨੇ ਮੇਰੇ ਲਈ ਉੱਥੇ ਹੀ ਸਮਾਂ ਖੜ ਗਿਆ। ਤਾਜ਼ਾ ਹੀ ਹੈ ਮੇਰੇ ਲਈ, ਹਮੇਸ਼ਾ ਤਾਜ਼ਾ ਹੀ ਰਹੂਗਾ ਸਾਰਾ ਕੁਛ। ਮੈਨੂੰ ਇੱਦਾਂ ਲੱਗਦਾ ਜਿਵੇਂ ਨਾ ਵੀ ਮੇਰੀ ਰੂਹ ਸੀਗੀ ਅਤੇ ਅੱਧੀ ਰੂਹ ਇਸ ਸਰੀਰ 'ਚ ਪਾਤੀ ਰੱਬ ਨੇ, ਅੱਧੀ ਰੂਹ ਸਰਦੂਲ ਜੀ ਦਾ ਇੱਕ ਕਲਬੂਤ ਬਣਾ ਕੇ ਉਹਦੇ ਵਿੱਚ ਪਾਤੀ। ਅਤੇ ਹੁਣ ਉਹ ਚੋਲਾ ਛੱਡ ਕੇ ਸਰਦੂਲ ਦੀ ਜਿਹੜੀ ਮੇਰੀ ਅੱਧੀ ਰੂਹ ਸੀ ਉਹਨਾਂ 'ਚ, ਉਹ ਮੇਰੇ ਵਿੱਚ ਹੀ ਸਮਾ ਗਈ। ਜਿਵੇਂ ਇੱਦਾਂ ਲੱਗਦਾ ਵੀ ਉਹ ਮੇਰੇ ਵਿੱਚ ਹੀ ਆ ਸਾਰਾ ਕੁਛ। ਅਸੀਂ ਬਿਲਕੁਲ ਜਦੋਂ ਘਰ ਦੇ ਅੰਦਰ ਆਉਂਦੇ ਹਾਂ ਉਹਨਾਂ ਦਾ ਅਹਿਸਾਸ ਹੁੰਦਾ, ਬਸ ਅੱਖਾਂ ਨੂੰ ਦਿਖਦੇ ਹੀ ਨਹੀਂ ਹੈਗੇ, ਪਰ ਹਰ ਪਲ ਇੱਕ ਜ਼ਹਿਨ 'ਚ ਲੱਗਦਾ ਕਿ ਹਾਂ ਉਹ ਦੇਖ ਰਹੇ ਨੇ। ਔਰ ਮੈਨੂੰ ਲੱਗਦਾ ਉਹ ਖੁਸ਼ ਵੀ ਹੋਣਗੇ ਜਿੱਥੇ ਹੋਣਗੇ, ਕਿਉਂਕਿ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਹੈ ਨਾ ਉਹਨਾਂ ਦੀ ਨੂਰੀ ਸਾਰਾ ਕੁਛ ਸੰਭਾਲ ਰਹੇ ਆ। ਪਰ ਜ਼ਿੰਦਗੀ ਕਿੰਨੀ ਔਖੀ ਹੋ ਗਈ ਹੈ, ਮੈਂ ਕਿੱਦਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਤੁਹਾਨੂੰ ਕਰਦੇ ਵੇਖਦੇ ਹਾਂ, ਪਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ। ਤੁਸੀਂ ਇੱਕ ਔਰਤ ਹੋ ਨਾ, ਤੁਸੀਂ ਚੰਗੀ ਤਰ੍ਹਾਂ ਮੇਰੇ ਦਰਦ ਨੂੰ ਦੁੱਖ ਨੂੰ ਜਾਣ ਸਕਦੇ ਹੋ। ਇੱਕ ਇਕੱਲੀ ਔਰਤ ਨੂੰ ਘਰ ਦੇਖਣਾ, ਬੱਚੇ ਦੇਖਣੇ, ਸਮਾਜ ਦੇਖਣਾ, ਰਿਸ਼ਤੇਦਾਰੀਆਂ, ਫਰੈਂਡ ਸਰਕਲ ਅਤੇ ਆਪਣਾ ਕੰਮ ਕਾਰ ਵੀ ਦੇਖਣਾ, ਸਾਰਿਆਂ ਨੂੰ ਆਪਾਂ ਰਾਜ਼ੀ ਨਹੀਂ ਕਰ ਸਕਦੇ। ਕਈ ਵਾਰੀ ਉਲਾਂਭੇ ਵੀ ਮਿਲਦੇ ਆ, ਤੁਸੀਂ ਆਏ ਨਹੀਂ ਸਾਡੇ ਕੋਲ, ਸਾਨੂੰ ਮਿਲਣ ਨਹੀਂ ਆਏ, ਤੁਸੀਂ ਫੋਨ ਨਹੀਂ ਕੀਤਾ। ਮੈਂ ਕਿਹਾ ਵੀ ਤੁਸੀਂ ਕਰ ਲੈਂਦੇ ਫੋਨ, ਵੀ ਮੇਰੇ 'ਤੇ ਹੁਣ ਜ਼ਿੰਮੇਵਾਰੀਆਂ ਇੰਨੀਆਂ ਜ਼ਿਆਦਾ ਨੇ। ਸਰਦੂਲ ਜੀ ਹੁਣ ਸਕੂਨ 'ਚ ਬੈਠੇ ਨੇ, ਉਹ ਜਿਹੜੀਆਂ ਸਰਦੂਲ ਜੀ ਦੀਆਂ ਵੀ ਜ਼ਿੰਮੇਵਾਰੀਆਂ ਸੀ ਉਹ ਵੀ ਹੁਣ ਮੇਰੇ ਕੋਲ ਨੇ ਸਾਰੀਆਂ। ਪਹਿਲਾਂ ਮੇਰੇ ਦੋ ਸਰੀਰ ਸੀਗੇ, ਹੁਣ ਮੈਨੂੰ ਇੱਕ ਸਰੀਰ ਦੇ ਨਾਲੇ ਸਾਰਾ ਕੰਮ ਕਰਨਾ ਪੈਂਦਾ। ਪਹਿਲਾਂ ਮੈਂ ਆਪਣੇ ਆਪ ਨੂੰ ਦੋ ਸਰੀਰਾਂ 'ਚ ਵੰਡਿਆ ਸੀਗਾ, ਇੱਕ ਸਰਦੂਲ ਜੀ ਦਾ ਸਰੀਰ, ਇੱਕ ਮੇਰਾ, ਅਤੇ ਅੱਧੀਆਂ ਜ਼ਿੰਮੇਵਾਰੀਆਂ ਉਹ ਸਾਂਭਦੇ ਸੀ, ਅੱਧੀਆਂ ਮੈਂ ਸਾਂਭਦੀ ਸੀ। ਹੁਣ ਇੱਕ ਸਰੀਰ ਦੇ ਵਿੱਚ ਦੋ ਰੂਹਾਂ ਨੇ, ਅਤੇ ਹੁਣ ਇਕੱਲੀ ਇਸ ਇਕੱਲੇ ਸਰੀਰ ਨੂੰ ਸਾਂਭਣਾ ਪੈਂਦਾ। ਪਰ ਉਹਨਾਂ ਦੀ ਰੂਹ ਮੇਰੇ ਨਾਲ ਆ, ਸ਼ਕਤੀਆਂ ਮੇਰੇ ਨਾਲ, ਬਾਕੀ ਤਾਂ ਕਹਿੰਦੇ ਨੇ ਬੰਦਾ ਕੁਛ ਵੀ ਨਹੀਂ ਕਰ ਸਕਦਾ, ਇੱਕ ਸਾਹ ਵੀ ਨਹੀਂ ਲੈ ਸਕਦਾ ਪਰਮਾਤਮਾ ਦੀ ਰਜ਼ਾ ਤੋਂ ਬਿਨਾਂ। ਅਤੇ ਮੇਰੇ ਖਿਆਲ ਦੇ ਵਿੱਚ ਜੋ ਵੀ ਮੈਂ ਕਰ ਰਹੀ ਹਾਂ ਇਹ ਮਹਾਰਾਜ ਆਪੇ ਮੈਨੂੰ ਸ਼ਕਤੀ ਦੇ ਰਹੇ ਨੇ ਹਰ ਪਾਸੇ ਵਿਚਰਨ ਦੀ। ਅਤੇ ਬਸ ਮੈਂ ਉਹਨਾਂ ਲੋਕਾਂ ਤੋਂ ਮਾਫ਼ੀ ਮੰਗੂਗੀ ਜਿਨ੍ਹਾਂ ਦੇ ਕੋਲ ਮੈਂ ਕਈ ਵਾਰੀ ਜਾ ਨਹੀਂ ਪਾਉਂਦੀ, ਸਮੇਂ ਦੀ ਕਮੀ ਕਰਕੇ ਫੋਨ ਨਹੀਂ ਕਰ ਪਾਉਂਦੀ, ਜਿਹੜੇ ਮੇਰੇ ਸੱਚੇ ਸੁੱਚੇ ਮੈਨੂੰ ਮੇਰੇ ਰਿਸ਼ਤੇ ਨੇ, ਜਿਹੜੇ ਮੇਰੇ ਵਰਗੇ ਪਿਆਰੇ ਰਿਸ਼ਤੇ ਨੇ ਮੈਨੂੰ ਪਿਆਰ ਕਰਦੇ ਨੇ, ਜਿਨ੍ਹਾਂ ਨੂੰ ਮੇਰੀ ਫਿਕਰ ਆ, ਜਿਹੜੇ ਚਾਹੁੰਦੇ ਨੇ ਕਿ ਖੁਸ਼ ਰਹੇ, ਉਹ ਕਦੇ ਨਹੀਂ ਉਲਾਂਭਾ ਦਿੰਦੇ। ਉਹਨਾਂ ਨੂੰ ਪਤਾ ਹੈ ਕਿ ਮੇਰੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ, ਮੇਰੇ ਕੋਲ ਸਮੇਂ ਦੀ ਕਮੀ ਹੋ ਜਾਂਦੀ ਹੈ ਕਈ ਵਾਰੀ, ਪਰ ਮੇਰੇ ਦਿਲ ਦੇ ਵਿੱਚ ਕੋਈ ਕਮੀ ਨਹੀਂ, ਦਿਲ ਦੇ ਵਿੱਚ ਸਾਰੇ ਸਮਾਏ ਹੋਏ ਨੇ। ਪਰ ਜਿਹੜੇ ਸਿਰਫ ਦਿਖਾਵਾ ਕਰਦੇ ਨੇ ਕਈ ਲੋਕ, ਉਹ ਉਲਾਂਭੇ ਦਿੰਦੇ ਰਹਿੰਦੇ ਨੇ। ਅਤੇ ਕੋਈ ਗੱਲ ਨਹੀਂ, ਆਪਣੇ ਆਪਣਾ ਹਿਸਾਬ ਕਿਤਾਬ ਆ, ਜਿਹਨੇ ਜਿੰਨਾ ਕੁ ਮੈਨੂੰ ਜਾਣਿਆ ਹੈ, ਜਿੰਨਾ ਕੁ ਮੇਰੇ ਨਾਲ ਵਕਤ ਗੁਜ਼ਾਰਿਆ ਹੈ, ਜਿਹਨੂੰ ਮੇਰਾ ਜਿੰਨਾ ਕੁ ਦਰਦ ਪਤਾ, ਉਨੀ ਕੁ ਗੱਲ ਕਰਦੇ ਨੇ ਸਾਰੇ ਜਣੇ। ਤੁਸੀਂ ਨਾ ਬੜਾ ਇੱਕ ਕੁਛ ਲਿਖਵਾਇਆ ਹੈ ਕਿ ਇਹ ਬੰਦਾ ਸਿਕੰਦਰ ਨਹੀਂ ਹੁੰਦਾ, ਵਕਤ ਸਿਕੰਦਰ ਹੁੰਦਾ, ਇਹ ਖੁਦ ਹੈ ਨਾ ਇਹਨਾਂ ਨੇ ਕਿਹਾ ਹੈ, ਜਨਾਬ ਸਰਦੂਲ ਸਿਕੰਦਰ ਜੀ ਨੇ। ਇੱਦਾਂ ਦੀਆਂ ਬਹੁਤ ਗੱਲਾਂ ਹੋਣਗੀਆਂ ਜਿਹੜੀਆਂ ਤੁਹਾਨੂੰ ਹਿੰਮਤ ਦਿੰਦੀਆਂ ਨੇ, ਜਿਹਨਾਂ ਨੂੰ ਯਾਦ ਕਰਕੇ ਤੁਹਾਨੂੰ ਲੱਗਦਾ ਹੈ ਕਿ ਨਈ ਜ਼ਿੰਦਗੀ 'ਚ ਅੱਗੇ ਵਧਣਾ ਅਤੇ ਮਜ਼ਬੂਤ ਰਹਿਣਾ। ਬਿਲਕੁਲ, ਸਰਦੂਲ ਜੀ ਦੇ ਨਾਲ ਮੈਂ 40 ਸਾਲ ਗੁਜ਼ਾਰੇ ਨੇ ਅਤੇ ਉਹਨਾਂ ਦੇ ਕੋਲ ਸਾਰਾ ਕੁਛ ਮੈਨੂੰ ਮਿਲਿਆ। ਉਹਨਾਂ ਦੀ ਜਿਹੜੀ ਇੰਸਪਿਰੇਸ਼ਨ ਆ ਮੇਰੇ ਨਾਲ ਨਾਲ ਆ, ਉਹਨਾਂ ਦੇ ਨਾਲ ਮੈਂ 40 ਸਾਲ ਗੁਜ਼ਾਰੇ ਨੇ। ਮੈਂ ਬਹੁਤ ਕੁਛ ਸਿੱਖਿਆ ਆਪਣੇ ਪਾਪਾ ਤੋਂ, ਰੋਸ਼ਨ ਸਾਗਰ ਜੀ ਤੋਂ ਬਹੁਤ ਕੁਛ ਸਿੱਖਿਆ, ਆਪਣੀ ਮਾਂ ਕੋਲੋਂ ਬੜੀ ਹਿੰਮਤ ਮਿਲੀ ਆ, ਕਿਉਂਕਿ ਮੈਂ ਉਹਦੀ ਜ਼ਿੰਦਗੀ ਨੂੰ ਦੇਖਿਆ। ਮੇਰੀ ਮਾਂ ਨੇ ਬੜਾ ਸਟਰਗਲ ਕੀਤਾ, ਮੇਰੇ ਪਾਪਾ ਨੇ ਵੀ, ਉਹਨਾਂ ਦੇ ਕੋਲੋਂ ਹੀ ਮੈਂ ਬਹੁਤ ਕੁਛ ਸਿੱਖਿਆ। ਫਿਰ ਮੈਂ 40 ਸਾਲ ਸਰਦੂਲ ਜੀ ਦੇ ਨਾਲ ਰਹਿ ਕੇ ਜ਼ਿੰਦਗੀ ਦੀਆਂ ਬਰੀਕੀਆਂ ਨੂੰ ਸਿੱਖਿਆ ਹੈ। ਮੈਨੂੰ ਲੱਗਦਾ ਵੀ ਉਹ ਸਾਰੀਆਂ ਚੀਜ਼ਾਂ ਮੇਰੇ ਅੰਦਰ ਸਮਾਈਆਂ ਹੋਈਆਂ ਨੇ, ਭਾਵੇਂ ਮੈਂ ਉਹ ਚੀਜ਼ਾਂ ਉਦੋਂ ਕਰਦੀ ਨਹੀਂ ਹੁੰਦੀ ਸੀ, ਕਰਦੇ ਸਰਦੂਲ ਜੀ ਸੀਗੇ ਅੱਗੇ ਅੱਗੇ ਹੋ ਕੇ।
ਮੈਂ ਬਸ ਦੇਖਦੀ ਹੁੰਦੀ ਸੀ ਉਹਨਾਂ ਦੇ ਨਾਲ ਨਾਲ ਹੁੰਦੀ ਸੀ ਅਤੇ ਮੈਨੂੰ ਲੱਗਦਾ ਸਾਰਾ ਕੁਛ ਮੇਰੇ ਅੰਦਰ ਸਮਾ ਗਿਆ। ਮੈਂ ਜਦੋਂ ਜੋ ਵੀ ਕਰਦੀ ਹਾਂ ਮੈਨੂੰ ਇੱਦਾਂ ਹੁੰਦਾ ਇਹ ਸਰਦੂਲ ਨੂੰ ਕਿੱਦਾਂ ਲੱਗੂ, ਸਰਦੂਲ ਇੱਦਾਂ ਕਰਦੇ ਹੁੰਦੇ ਸੀਗੇ, ਮੈਂ ਇਹਨੂੰ ਇੱਦਾਂ ਹੀ ਕਰਾਂ ਕੋਈ ਵੀ ਚੀਜ਼। ਅੱਜ ਹੁਣ ਉਹਨਾਂ ਦੀ ਬਰਸੀ ਦਾ ਸਮਾਗਮ ਆ ਅਤੇ ਮੈਨੂੰ ਇੱਦਾਂ ਹੀ ਹੁੰਦਾ ਕਿ ਜਦੋਂ ਸਰਦੂਲ ਜੀ ਇੱਥੇ ਹੁੰਦੇ ਸੀਗੇ ਜੋ ਅਖੰਡ ਪਾਠ ਸਾਹਿਬ ਕਰਵਾਉਂਦੇ ਸੀਗੇ ਤਾਂ ਉਹਨਾਂ ਨੂੰ ਕਿੰਨਾ ਚਾਅ ਹੁੰਦਾ ਸੀ ਬਾਣੀ ਦਾ। 3 ਦਿਨ ਉਹਨਾਂ ਨੂੰ ਇੱਦਾਂ ਹੁੰਦਾ ਸੀ ਕਿ ਰੌਣਕਾਂ ਲੱਗੀਆਂ ਹੋਈਆਂ ਨੇ, ਬਾਣੀ ਚੱਲ ਰਹੀ, ਦਿਨ ਰਾਤ ਮਾਹੌਲ ਉਹਨਾਂ ਨੂੰ ਬੜਾ ਸੋਹਣਾ ਲੱਗਦਾ ਸੀ। ਇਸੇ ਕਰਕੇ ਜਦੋਂ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਉਹਨਾਂ ਦੀ ਬਰਸੀ 'ਤੇ ਦੁਆ ਕਰੀਦੀ ਆ, ਅਰਦਾਸ ਕਰੀਦੀ ਆ, ਅਖੰਡ ਪਾਠ ਸਾਹਿਬ ਜ਼ਰੂਰ ਕਰਵਾਈਦਾ। ਅਤੇ ਉਹ ਜਿੱਦਾਂ ਵੀ ਸਜਾਉਂਦੇ ਹੁੰਦੇ ਸੀ ਸਾਰਾ ਕੁਛ ਘਰ ਦਾ, ਉੱਦਾਂ ਹੀ ਮੈਂ ਉਹ ਚੀਜ਼ਾਂ ਦੇਖ ਕੇ ਵੀ ਸਰਦੂਲ ਕਿੱਦਾਂ, ਸਰਦੂਲ ਨੇ ਕਿੱਦਾਂ ਸਜਾਉਣਾ ਸੀਗਾ, ਉਹਨੇ ਆਹ ਚੀਜ਼ ਨੂੰ ਕਿੱਦਾਂ ਰੱਖਣਾ ਸੀ, ਉਹੀ ਸਾਰਾ ਕੁਛ ਕਰ ਰਹੀ ਹਾਂ। ਉੱਦਾਂ ਹੀ ਬਸ ਉਹਨਾਂ ਨੂੰ ਚੰਗਾ ਲੱਗੇ ਸਾਰਾ ਕੁਛ। ਇੱਕ ਜਾਣ ਤੋਂ ਪਹਿਲਾਂ ਅਖੀਰਲਾ ਸਵਾਲ ਜ਼ਰੂਰ ਪੁੱਛਣਾ ਚਾਹਾਂਗੀ, ਜਦੋਂ ਮੈਂ ਹੀ ਮਹਿਸੂਸ ਕਰ ਪਾ ਰਹੀ ਹਾਂ ਹੈ ਨਾ, ਇਹ ਬਸ ਇਹ ਦਰਦ ਬਿਆਨ ਕਰਨ ਵਾਲਾ ਨਹੀਂ ਆ, ਮੈਂ ਸੋਚ ਰਹੀ ਹਾਂ ਕਿ ਇਹ ਕੁਰਸੀ ਆ, ਇਸ ਕੁਰਸੀ 'ਤੇ ਉਹ ਬਹਿੰਦੇ ਹੋਣਗੇ, ਇੱਥੇ ਉਹ ਖੜ੍ਹਦੇ ਹੋਣਗੇ, ਉਹ ਬੂਟੇ ਲਾਗੇ ਖੜ੍ਹਦੇ ਹੋਣਗੇ, ਉਹ ਦਰਖਤ ਕੋਲ ਖੜਾਉਂਦੇ ਹੋਣਗੇ, ਤੁਸੀਂ ਤਾਂ ਸਾਰਾ ਦਿਨ ਇਸ ਅਹਿਸਾਸ ਦੇ ਵਿੱਚ ਵਿਚਰਦੇ ਹੋ। ਬਿਲਕੁਲ, ਮੈਂ ਤਾਂ ਹਰ ਪਲ ਉਸੇ ਅਹਿਸਾਸ 'ਚ ਹਾਂ। ਠੀਕ ਹੈ, ਮੈਨੂੰ ਆਪਣੀ ਰੋਜ਼ੀ ਰੋਟੀ ਲਈ ਸਮਾਜ ਵਿੱਚ ਸਾਰੇ ਰਿਸ਼ਤੇ ਨਾਤਿਆਂ ਨਾਲ ਵਿਚਰਨ ਵਾਸਤੇ ਜਾਣਾ ਪੈਂਦਾ ਮੂੰਹ 'ਤੇ ਸਮਾਈਲ ਰੱਖ ਕੇ, ਕਿਉਂਕਿ ਗੁਰਦਾਸ ਭਾਅ ਜੀ ਦੀ ਇੱਕ ਲਾਈਨ ਆ ਨਾ, ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ। ਬਸ ਉਹ ਹੱਸਣ ਦੀ ਆਦਤ ਪਾ ਲਈ ਆ, ਅਤੇ ਦੁੱਖ ਨਹੀਂ ਹੈਗਾ, ਵਿਰਾਗ ਆ, ਦੁੱਖ ਨਹੀਂ ਹੈਗਾ, ਕਿਉਂਕਿ ਉਹਨਾਂ ਨੇ ਇੰਨਾ ਪਿਆਰ ਦਿੱਤਾ ਜ਼ਿੰਦਗੀ 'ਚ, ਇੰਨਾ ਕੁਛ ਦਿੱਤਾ, ਅਤੇ ਵਿਰਾਗ ਆ ਸਿਰਫ, ਬਾਕੀ ਤਾਂ ਠੀਕ ਹੈ। ਅੰਦਰ ਦਰਦ ਹੁੰਦਾ ਨਾ, ਇੱਕ ਵਿਛੋੜੇ ਦਾ ਦਰਦ ਜਿਹੜਾ ਹੁੰਦਾ ਉਹ ਹੈਗਾ, ਦੁਖੀ ਨਹੀਂ ਹੈ, ਕਿਉਂਕਿ ਇੰਨੀਆਂ ਰੂਹਾਂ ਸੱਚੀਆਂ ਸੁੱਚੀਆਂ ਇੱਥੇ ਬੈਠੀਆਂ ਨੇ, ਜਿਹੜੀਆਂ ਬਖਸ਼ੀਆਂ ਹੋਈਆਂ ਰੱਬੀ ਰੂਹਾਂ ਪਰਮਾਤਮਾ ਦੀਆਂ, ਉਹ ਮੈਨੂੰ ਬਹੁਤ ਹੌਸਲਾ ਦਿੰਦੀਆਂ ਨੇ, ਪਿਆਰ ਕਰਦੀਆਂ ਨੇ। ਤੁਹਾਡੇ ਵਰਗੀਆਂ ਮੇਰੀਆਂ ਧੀਆਂ ਨੇ ਜਿਹੜੀਆਂ, ਉਹ ਮੈਨੂੰ ਹਮੇਸ਼ਾ ਹੌਸਲਾ ਦਿੰਦੀਆਂ ਨੇ। ਇਸ ਕਰਕੇ ਮੈਂ ਦੁਖੀ ਨਹੀਂ ਹੈਗੀ, ਸਿਰਫ ਮੈਂ ਸਰਦੂਲ ਜੀ ਦੀ ਯਾਦ ਵਿੱਚ, ਇੱਕ ਵਿਯੋਗ ਵਿੱਚ, ਇੱਕ ਵਿਰਾਗ ਦੇ ਵਿੱਚ ਹਾਂ। ਅਤੇ ਪਰ ਮਾਲਕ ਦਾ ਸ਼ੁਕਰ ਹੈ ਵੀ ਇੰਨੀਆਂ ਚੰਗੀਆਂ ਚੰਗੀਆਂ ਰੂਹਾਂ ਮੇਰੇ ਆਸੇ ਪਾਸੇ ਨੇ, ਐਡੇ ਐਡੇ ਮਹਾਂਪੁਰਸ਼ ਨੇ ਜਿਹੜੇ ਮੈਨੂੰ ਹਮੇਸ਼ਾ ਹੌਸਲਾ ਦਿੰਦੇ ਰਹਿੰਦੇ ਆ। ਬਸ ਇਹੀ ਦੁਆ ਮੈਂ ਵੀ ਕਰਨਾ ਚਾਹਾਂਗੀ ਕਿ ਇਸੇ ਤਰ੍ਹਾਂ ਸੋਹਣੀਆਂ ਰੂਹਾਂ ਤੁਹਾਡੇ ਆਲੇ ਦੁਆਲੇ ਰਹਿਣ, ਤਾਂ ਕਿ ਤੁਸੀਂ ਵਧੀਆ ਰਹੋ। ਸੋ ਹਾਂਜੀ, ਹੰਸਰਾਜ ਹੰਸ ਜੀ ਆ ਗਏ ਨੇ, ਮੈਂ ਚਾਹਾਂਗੀ ਤੁਸੀਂ ਪਲੀਜ਼ ਉਹਨਾਂ ਨੂੰ ਵੈਲਕਮ ਕਰੋ। ਹਾਂਜੀ,